ਹਾਏ ਸੰਦੀਪ ਅਜੇ ਇੱਥੇ ਹੀ ਹੈ ਇਹ ਤਾਂ ਦਿਹਾੜੀ ਵੀ ਨਹੀਂ ਰਹਿੰਦੀ ਹੁੰਦੀ ਇਹਨੂੰ ਤਾਂ 3-4 ਦਿਨ ਹੋਏ ਨਾਈ ਨੂੰ ਜ਼ਰੂਰ ਕੋਈ ਗੱਲ ਹੋਈ ਹੋਣੀ ਹੈ ਪੁੱਛਣੀ ਹੈ ਨਾ ਚੱਲ ਕੇ ਕੀ ਗੱਲ ਆ ਲੈ ਸੰਦੀਪ ਆਈ ਏ ਹੋਰ ਸੁਣਾ ਸੰਦੀਪ ਕਦੋਂ ਦੀ ਆਈ ਆ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਬਹੂ ਹੋਰ ਸੁਣਾ ਕੀ ਹਾਲ ਹੈ ਵਧੀਆ ਠੀਕ ਠਾਕ ਬਹਿ ਜਾ ਤੁਸੀਂ ਬੈਠੇ ਮੈਂ ਤਾਂ ਕਿੰਨੇ ਦਿਨਾਂ ਦੀ ਆਈ ਆ ਅੱਛਾ ਮੈਂ ਨਹੀਂ ਫਿਰ ਵੇਖਿਆ ਤੈਨੂੰ ਮੈਂ ਤਾਂ ਹੁਣੇ ਹੀ ਵੇਖਿਆ ਸੀ ਤੇ ਮੈਂ ਤਾਂ ਭੱਜੀ ਆਈ ਆ ਮੈਂ ਕਿਹਾ ਕੁੜੀ ਤੇ ਰਹਿੰਦੀ ਨਹੀਂ ਹੁੰਦੀ ਤੈਨੂੰ ਜਾ ਕੇ ਤਾਂ ਮਿਲ ਹੀ ਆਉਣੇ ਆ ਕਿ ਤੋਰੀ ਨਾ ਜਾਏ ਨਹੀਂ ਨਹੀਂ ਹਲੇ ਤੇ ਮੈਂ ਰਹਿਣਾ ਆ ਅੱਛਾ ਮੈਂ ਕਿਹਾ ਅੱਗੇ ਤੂੰ ਚੱਲ ਪ੍ਰਮਣੇ ਦੇ ਨਾਲ ਹੀ ਆਉਣੀ ਹੈ ਤੇ ਨਾਲ ਹੀ ਝਾਟੀ ਚੱਲ ਜਾਨੀ ਹੈ ਅੱਛਾ ਹੁਣ ਤੂੰ ਫਿਰ ਰਹਿਣਾ ਹੈ ਹਾਂਜੀ ਹਾਂਜੀ ਚਲੋ ਚੰਗਾ ਸਗੋ ਰਹੇਗੀ ਹੋਰ ਸੁਣਾ ਸੱਸੁਰ ਠੀਕ ਹੈ ਵਧੀਆ ਠੀਕ ਠਾਕ ਲੱਗਦਾ ਤੂੰ ਵੀ ਕਿਤੇ ਵਾਂਡੇ ਹੋਈ ਆਏ ਜੇ ਆ ਮੈਂ ਵਾਂਡੇ ਗਈ ਹਾਂ ਤੇ ਮੈਂ ਫਿਰ ਝਾਤੀ ਮਾਰੀ ਤੇ ਮੈਂ ਸੰਦੀਪ ਤੋਰੀ ਨਾ ਜਾਏ ਪਹਿਲਾਂ ਮੈਂ ਮਿਲ ਹੀ ਆਉਣੀ ਆ ਠੀਕ ਆ ਹਾਂ ਹੋਰ ਫਿਰ ਸਹੁਰਿਆਂ ਦਾ ਪਰਿਵਾਰ ਠੀਕ ਹੈ ਸੱਸ ਠੀਕ ਹੈ ਹਾਂਜੀ ਹਾਂਜੀ ਵਧੀਆ ਠੀਕ ਠਾਕ ਸਾਰੇ ਅੱਛਾ ਹੋਰ ਚਾਚਾ ਜੀ ਘਰੇ ਨੇ ਹਾਂਜੀ ਉਹ ਵੀ ਘਰੇ ਹੀ ਨੇ ਕਦੋਂ ਦੀਆਂ ਆਈਆਂ ਭੈਣਾਂ ਫਿਰ ਉਹਨਾਂ ਨੂੰ ਚੇਰੀ ਹੋਇਆ ਆਈਆਂ ਨੂੰ ਅੱਛਾ ਠੀਕ ਠਾਕ ਨੇ ਸਾਰੇ ਠੀਕ ਠਾਕ ਨੇ ਘਰੋਂ ਹੀ ਨੇ ਉਹਨਾਂ ਦਾ ਟਾਈਮ ਲੱਗਦਾ ਠੀਕ ਆ ਠੀਕ ਆ ਹਾਂ ਜਦੋਂ ਆਉਂਦਾ ਨਾ ਆਖੀਏ ਵੀ ਕੁੜੀਆਂ ਨੂੰ ਘਲਾਓ ਉਦੋਂ ਦਿਨ ਸਾਡਾ ਸਰਦਾ ਹੀ ਨਹੀਂ ਘਲਾਉਂਦਾ ਹੀ ਨਹੀਂ ਕਿਤੇ ਘਰਾ ਦੇ ਵੀ ਐਦਾਂ ਹੀ ਹੁੰਦੀ ਆ ਹਾਂ ਚਲੋ ਆਪਣੇ ਘਰ ਹੀ ਧੀਆਂ ਚੰਗੀਆਂ ਨੇ ਹਾਂਜੀ ਹੋਰ ਫਿਰ ਕਿੰਨਾ ਕੁ ਚਿਰ ਰਹਿਣਾ ਅਜੇ ਸੰਦੀਪ ਵੇਖੋ ਚਾਚੀ ਜੀ ਪਤਾ ਨਹੀਂ ਹਲੇ ਮੈਂ ਹੋਰ ਕਿੰਨੇ ਕੁ ਦਿਨ ਇੱਥੇ ਰਹਿ ਸਕਦੀ ਹਾਂ ਬਾਕੀ ਕੋਈ ਗੱਲ ਨਹੀਂ ਜਦੋਂ ਜਾਣਾ ਹੋਏਗਾ ਫਿਰ ਦੱਸ ਦਾਂਗੇ ਫਿਰ ਐਤਕਾਂ ਤੇਰੀ ਸੱਸ ਨੇ ਦੇਲੀ ਕੱਢ ਹੀ ਲਿਆ ਵਾ ਹੈ ਹਾਂਜੀ ਤੈਨੂੰ ਦੇ ਹੀ ਦਿੱਤੀ ਜਾਜ ਤੇ ਉਹਨੇ ਰਹਿਣ ਦੀ ਨਹੀਂ ਤਾਂ ਉਹ ਤਾਂ ਪ੍ਰਾਹੁਣਾ ਦੇ ਕਿਤੇ ਰਹਿਣ ਨਹੀਂ ਦਿੰਦਾ ਦਿਹਾੜੀ ਸਾਡਾ ਇਹ ਜੀ ਨਹੀਂ ਲੱਗਦਾ ਹੁਣ ਉਹਨਾਂ ਦਾ ਜੀ ਲੱਗ ਜਾਏਗਾ ਮਗਰੋਂ ਫਿਰ ਲਾਉਣਾ ਹੀ ਪੈਣਾ ਆ ਚਲੋ ਚੰਗੀ ਗੱਲ ਹੈ ਹੋਰ ਜੀ ਤਾਂ ਕਿੱਥੇ ਆ ਭਾਬੀ ਰਸੋਈ 'ਚ ਕੰਮ ਕਰਦੇ ਆ ਅੱਛਾ ਚਲ ਮੈਂ ਉਹਨੂੰ ਫਿਰ ਗੱਲ ਕਰਨੀ ਘਰ ਹੀ ਲਾਂ ਜੀ ਤਾਂ ਕੀ ਕਰਨ ਡਈ ਏ ਕੀ ਬਣਾ ਲਿਆ ਅੱਜ ਬਸ ਚਾਚੀ ਜੀ ਉਹ ਨਾ ਸੰਦੀਪ ਆਖਣ ਡਈ ਸੀ ਵੀ ਦਾਲ ਚੌਲ ਖਾਣ ਨੂੰ ਜੀ ਕਰਨ ਡਿਆ ਤੇ ਮੈਂ ਫਿਰ ਉਹੀ ਬਣਾ ਲਏ ਆ ਅੱਛਾ ਉਂਝ ਮੈਂ ਆਈ ਆ ਮੈਂ ਵੀ ਤਾਂ ਵਾਂਡੇ ਗਈ ਹਾਂ ਤੇ ਮੈਂ ਉੱਥੋਂ ਆਈ ਆ ਤਾਂ ਮੈਂ ਵੇਖਣ ਡਈ ਸੀ ਅਜੇ ਵੀ ਸੰਦੀਪ ਇੱਥੇ ਹੀ ਏ ਵਾਵਾ ਦਿਨਾਂ ਦੀ ਆਈ ਏ ਇਹਦਾ ਮੂੰਹ ਵੀ ਉਤਰਿਆ ਮੈਨੂੰ ਤਾਂ ਉਹਲੇ ਵੀ ਪੁੱਤ ਨਾਰਾਜ਼ ਨਹੀਂ ਹੋ ਕੇ ਆਈ ਇਹਦੇ ਦੇ ਸੱਸ ਤੇ ਦਾਤ ਨਹੀਂ ਰਹਿਣ ਦਿੰਦੀ ਹੁੰਦੀ ਨਾ ਨਾ ਠੀਕ ਵਾ ਉਂਝ ਹੀ ਉਹ ਫਿਰ ਟਾਈਮ ਜੀ ਚੱਲਣ ਡਿਆ ਤੁਹਾਨੂੰ ਪਤਾ ਹੀ ਆ ਫਿਰ ਕਈ ਦਿਨ ਉਤਰਾ ਚੜਾ ਆਉਂਦੇ ਰਹਿੰਦੇ ਆ ਅੱਛਾ ਤਾਂ ਕਰਕੇ ਤੇ ਫਿਰ ਉਦਾਂ ਹੀ ਉਹਦਾ ਜੀ ਕਰਨ ਡਿਆ ਸੀ ਆਉਣ ਨੂੰ ਤੇ ਆਂਦੀ ਸੀ ਵੀ ਮੈਂ ਆਉਣਾ ਚਾਰ ਦਿਨ ਰਹਿਣਾ ਹੈ ਅੱਛਾ ਫਿਰ ਟਾਈਮ ਚੱਲਣ ਡਿਆ ਤੇ ਫੇਰ ਇਹਦੀ ਸੱਸ ਨੇ ਇਹਨੂੰ ਕਿਉਂ ਘਲਾਤਾ ਤੈਨੂੰ ਨਹੀਂ ਪਤਾ ਇਹੋ ਜਿਹੇ ਟਾਈਮ ਦੇ ਵਿੱਚ ਇਹ ਸੋ ਘਰ ਰਹਿੰਦੀ ਆਪਦੀ ਸੱਸ ਨੂੰ ਸਾਂਭਦੀ ਹੈ ਮਰ ਕੇ ਤੇ ਇਹਦੇ ਘਰ ਟਾਈਮ ਆਇਆ ਤੇ ਫਿਰ ਇੱਥੇ ਆ ਗਈ ਤੂੰ ਛਦੈਣ ਹੈ ਜੇ ਕੋਈ ਹਮਾ ਨਮਾ ਹੋ ਗਈ ਉਹੋ ਜਿਹੀ ਗੱਲਬਾਤ ਹੋ ਗਈ ਤੇ ਇਹਦੀ ਸੱਸ ਨੇ ਤਾਂ ਤੈਨੂੰ ਛੱਡਣਾ ਨਹੀਂ ਤੈਨੂੰ ਧੀਏ ਇਹਨਾਂ ਗੱਲਾਂ ਤਾਂ ਜੇ ਨਹੀਂ ਪਤਾ ਤੇਰੀ ਹੁੰਦੀ ਘਰ ਸੱਸ ਤੇ ਉਹਨੂੰ ਸਾਰਾ ਪਤਾ ਹੁੰਦਾ ਤੇ ਤੈਨੂੰ ਇਹੋ ਜਿਹੀ ਜ਼ਿੰਮੇਵਾਰੀਆਂ ਦਾ ਕੀ ਪਤਾ ਹੀ ਅਜੇ ਚੱਲ ਕੋਈ ਨਹੀਂ ਚਾਚੀ ਜੀ ਜੇ ਹੁਣ ਉਹਦਾ ਵਿਚਾਰੀ ਦਾ ਆਪਣਾ ਘਰ ਵਾ ਉਹ ਕਿਹੜੀ ਬਗਾਨੇ ਥਾਂ ਤੇ ਆਈ ਆ ਤੇ ਜੇ ਉਹਦਾ ਜੀ ਕੀਤਾ ਉਹਨਾਂ ਤੇ ਆ ਗਈ ਆ ਤੇ ਬਾਕੀ ਚਲੋ ਪ੍ਰਮਾਤਮਾ ਦੇ ਭਰੋਸੇ ਆ ਤਾਂ ਆਪੇ ਟਾਈਮ ਵਧੀਆ ਲੰਘ ਜਾਣਾ ਕੋਈ ਗੱਲ ਨਹੀਂ ਨਹੀਂ ਉਹ ਵੀ ਤੇਰੀ ਗੱਲ ਜੀ ਤਾਂ ਠੀਕ ਹੈ ਪਰ ਮੈਨੂੰ ਵੀ ਪਤਾ ਕਿ ਘਰ ਉਹਦਾ ਹੀ ਹੈ ਧੀਆਂ ਦਾ ਘਰ ਵੀ ਇਹੋ ਹੀ ਹੁੰਦਾ ਵਾ ਪਰ ਅੱਗੇ ਦੀ ਸੱਸ ਨੇ ਕਦੀ ਦਾ ਵਸਾਹ ਨਹੀਂ ਖਾਦਾ ਨਾਲ ਹੀ ਆਉਂਦੀ ਸੀ ਤੇ ਨਾਲ ਹੀ ਲੈ ਜਾਂਦੀ ਇਹ ਹਾਲਤ ਦੇ ਵਿੱਚ ਉਹਨੇ ਇਕੱਲੀ ਨੂੰ ਕਿਉਂ ਛੱਡਿਆ ਕੁੜੀ ਦਾ ਮੂੰਹ ਹੋਰ ਤਰ੍ਹਾਂ ਦਾ ਹੋਇਆ ਉਂਝ ਤੂੰ ਵੀ ਸਿਆਣੀ ਹੈ ਧੀਏ ਇਹਨੂੰ ਪੁੱਛ ਤਾਂ ਸਹੀ ਇਹਨੂੰ ਪਿਆਰ ਨਾ ਪੁੱਛ ਰਹੇ ਜਿੰਨਾ ਚਿਰ ਮਰਜ਼ੀ ਖੁਸ਼ੀ ਨਾ ਰਹੇ ਪਰ ਇਹਨੂੰ ਪੁੱਛ ਤਾਂ ਸਹੀ ਜ਼ਰੂਰ ਕੋਈ ਨਾ ਕੋਈ ਗੱਲ ਹੋਈ ਆ ਇਹਨੂੰ ਪੁੱਛ ਜ਼ਰੂਰ ਪੁੱਛਣਾ ਉਹਨੇ ਮੈਂ ਕੀ ਹੈ ਚਾਚੀ ਜੀ ਚੰਗੀ ਭਲੀ ਠੀਕ ਠਾਕ ਤਾਂ ਹੈਗੀ ਆ ਨਾਲ ਉਹ ਕਿਹੜਾ ਹੁਣੇ ਆਈ ਆ 4-5 ਦਿਨ ਹੋ ਗਏ ਇਹਨੂੰ ਆਈ ਨੂੰ ਤੇ ਕੋਈ ਗੱਲਬਾਤ ਹੀ ਨਹੀਂ ਆ ਮਿੰਨੀ ਮੈਂ ਤਾਂ ਕਹਿਣ ਡਈ ਆ ਟੈਨਸ਼ਨ ਦੇ ਵਿੱਚ ਜੋ ਕੋ ਵਾਦਾ ਘਾਟਾ ਹੋ ਜੇ ਤੇ ਫਿਰ ਤੂੰ ਕੀ ਜਵਾਬ ਦੇਵੇਂਗੀ ਮੈਂ ਚਾਚੀ ਜਵਾਬ ਕੀ ਦੇਣਾ ਵਾ ਕੋਈ ਗੱਲ ਨਹੀਂ ਤੁਸੀਂ ਸ਼ੁਭ ਸ਼ੁਭ ਬੋਲੋ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਕਿਉਂ ਇਹੋ ਜਿਹਾ ਵਾਦਾ ਘਾਟਾ ਹੋਣਾ ਸਾਨੂੰ ਰੱਬ ਤੇ ਪੂਰਾ ਭਰੋਸਾ ਹੈ ਸਭ ਕੁਝ ਠੀਕ ਹੀ ਹੋਣਾ ਵਾ ਚੱਲ ਠੀਕ ਹੈ ਫਿਰ ਤੂੰ ਤਾਂ ਮੇਰੇ ਨਾਲ ਵੀ ਸਿਆਣੀ ਹੈ ਅੱਜ ਕੱਲ੍ਹ ਦੀਆਂ ਕੁੜੀਆਂ ਬਹੁਤੀਆਂ ਸਿਆਣੀਆਂ ਨੇ ਚੱਲ ਲਿਆ ਦਾਲ ਪਾ ਮੈਂ ਜਾਵਾਂ ਚਲ ਬਸ ਘਰ ਬੜੀ ਹੈ ਇੰਨੀ ਕੀ ਅਸੀਂ ਦੋਵਾਂ ਜਣਿਆਂ ਨੇ ਕਿੰਨੀ ਖਾਣੀ ਹੈ ਚਲ ਠੀਕ ਕਿੱਡੇ ਗੱਲਾਂ ਦਾ ਸਵਾਦ ਲੈਣ ਆਏ ਆ ਪਤਾ ਮੈਨੂੰ ਜਿੱਡੀ ਕੁ ਦਾਲ ਖੜਨੀ ਸੀ ਆਏ ਤਾਂ ਬਹਾਨੇ ਨਾ ਅਸੀਂ ਵੀ ਮੈਂ ਬਕਾਉਂਦੀ ਹਾਂ ਭਲਾ ਵੀ ਉਹ ਕੀ ਬੋਲਦੀ ਤੇ ਇਹ ਕੀ ਬੋਲਦੀ ਹੈ ਪਹਿਲਾਂ 36 ਸਵਾਦ ਲੈ ਲਏ ਉਹਦੇ ਲਾਗੇ ਬਹਿ ਕੇ ਸਾਰਾ ਹੀ ਮੈਂ ਵੇਖਣ ਡਈ ਹਾਂ ਨਾ ਅਤੇ ਮੁੜ ਕੇ ਉਹਦੇ ਕੋਲ ਨਹੀਂ ਸਰਿਆ ਅਤੇ ਹੁਣ ਮੇਰੇ ਵੱਲ ਆ ਗਈ ਵੀ ਚੱਲ ਇਹਨੂੰ ਬਕਾਉਂਦੀ ਹਾਂ ਭਲਾ ਇਹ ਕੀ ਜਵਾਬ ਦਿੰਦੀ ਹੈ ਇੱਕ ਤਾਂ ਬਹੁਤੀ ਵੱਡੀ ਸਿਆਣੀ ਬਣਦੀ ਹੈ ਮੈਂ ਹੀ ਅਕਲ ਵਾਲੀ ਹਾਂ
आ जाओ चाची जी, बह जाओ घड़ी, नहीं पुत करदे आ। मैं हुण जानी आ, फेर आवांगी सवेरे, हुण मैं जावां, नेरा हो गई, वांडे ते तुरी आई आ, हुण नेरा हो गया, मैं सगों दाल वी जीतां कोल लली आ, हुण की चाढ़ना इस वेले। ਲੈ ਸੰਦੀਪ, ਤੁਸੀਂ ਆਪਣੇ ਲਈ ਨਹੀਂ ਲਿਆਂਦੇ? ਮੇਰਾ ਨਾ ਜੀ ਜਿਹਾ ਨਹੀਂ ਕਰਨ ਡਿਆ ਹਾਲੇ, ਤੇ ਘਿਓ ਪਾਉਣਾ ਵਿੱਚ ਕਿ ਮੱਖਣ ਮੁੱਖਣ ਪਾਉਣਾ? ਨਹੀਂ ਕੁਛ ਨਹੀਂ ਪਾਉਣਾ। ਤੇ ਮੇਰੀ ਗੱਲ ਸੁਣ, ਚਾਚੀ ਕੀ ਕਹਿਣ ਡੇ? ਬਸ ਇਹੋ ਪੁੱਛਣ ਡੇ ਸੀ ਕਿੰਨੇ ਚਿਰ ਦੀਆਂ ਆਈਆਂ, ਕਦੋਂ ਜਾਣਾ, ਕਿੰਨਾ ਚਿਰ ਰਹਿਣਾ। ਕਿੱਡੀ ਫਫੜੇ ਪਾਉਂਦੀ ਹੈ ਤੈਨੂੰ ਹੋਰ, ਤੇ ਮੈਨੂੰ ਹੋਰ ਗੱਲਾਂ ਪੁੱਛਣ ਡੀ ਸੀ। ਐਵੇਂ ਨਾ ਬਹੁਤਾ ਮੂੰਹ ਲਾਇਆ ਕਰ, ਐਵੇਂ ਸੂਹਾਂ ਲੈਂਦੀ ਰਹਿੰਦੀ ਵਿੱਚੇ ਵਿੱਚੇ ਵੀ ਕੀ ਗੱਲਾਂ ਕਰਦੀਆਂ ਤੇ ਕੀ ਨਹੀਂ। ਕਹਿੰਦੇ ਮੈਂ ਤੇ ਇਹ ਹੁਣੇ ਹੀ ਵੇਖਿਆ ਤੇ ਮੈਨੂੰ, ਮੈਂ ਭੱਜ ਕੇ ਮਿਲਣਾ ਸੀ ਕਿ ਤੂੰ ਚੱਲੀ ਨਾ ਜਾਵੇਂ ਕਿਤੇ। ਏਡਾ ਕਿਤੇ ਹੁਣੇ ਵੇਖਿਆ, ਰੋਜ਼ ਤੇ ਕੰਥਣੀ ਝਾਤੀਆਂ ਮਾਰਦੇ ਰਹਿੰਦੇ ਆ, ਤਾਂ ਹੁਣੇ ਕਿੱਥੇ ਵੇਖ ਲੈਣਾ ਸੀ? ਆਹੋ ਚਾਰ ਪੰਜ ਭੁਲੇਖਾ ਹੁੰਦਾ ਭਲਾ, ਆ ਗਵਾਂਢ ਘਰ ਹੀ ਹੋ ਤਾਂ ਇੱਥੇ ਵਿਹੜੇ 'ਚ ਤੁਰਦੇ ਫਿਰਦੇ ਹਾਂ, ਤੇ ਪਤਾ ਲੱਗਾ 4 ਦਿਨ 5 ਦਿਨ ਹੋਏ ਆਏ ਨਾ, ਤਾਂ ਅੱਜ ਪਤਾ ਲੱਗਾ ਵੀ ਹੁਣ ਅਜੇ ਵੇਖਿਆ। ਬਹਾਨੇ ਨਾਲ ਦਾਲ ਦੇ ਬਹਾਨੇ ਨਾਲ ਕਹਿੰਦੇ ਸੀ ਵੀ ਤੂੰ ਤਾਂ ਆਉਂਦੀ ਹੁੰਦੀ ਆ ਤੇ ਨਾਲ ਹੀ ਚੱਲ ਜਾਂਦੀ ਹੁੰਦੀ ਆ, ਤੇ ਹੁਣ ਕਿੱਦਾਂ ਤੈਨੂੰ ਰਹਿਣ ਦਿੱਤਾ ਉਹਨਾਂ ਨੇ ਇੰਨਾ ਚਿਰ? ਦੱਸ ਬੰਦਾ ਕੁਛ ਆਪਣਾ ਘਰ ਵਾ, ਕੋਈ ਜਿੰਨਾ ਚਿਰ ਮਰਜ਼ੀ ਰਹੇ ਹਾਂ, ਐਵੇਂ ਗੱਲਾਂ ਦੇ ਸਵਾਦ ਲਈ ਜਾਣੇ ਆ। ਇਹੋ ਜਿਹੀ ਮੈਂ ਦਾਲ ਲੈਣ ਆਈ ਹਾਂ, ਦਾਲ ਦੇ ਬਹਾਨੇ ਤੇ 36 ਗੱਲਾਂ ਕਰਕੇ ਤੇ ਚੱਲ ਗਾਂ ਗਈ। ਕੋਈ ਨਹੀਂ, ਆਪਾਂ ਕਿਹੜੀ ਕੋਈ ਗੱਲ ਦੱਸਣੀ ਆ? ਆਹੋ ਕੋਈ ਗੱਲ ਗੁੱਲ ਨਾ ਕਰੀ ਬਹੁਤੀ। ਨਹੀਂ ਕਰਦੀ। ਆਹੋ ਕੋਈ ਗੱਲ ਨਹੀਂ ਕਰਨੀ, ਪਤਾ ਤਾਂ ਹੈ ਹੀ ਆ ਤੈਨੂੰ ਉਹਦੇ ਸੁਭਾਅ ਦਾ। ਬਸ ਜੀ ਜੀ ਕਰ ਲਿਆ ਕਰ, ਹਾਲ ਚਾਲ ਪੁੱਛ ਲਿਆ ਕਰ, ਦੱਸ ਦਿਆ ਕਰ, ਬਹੁਤੀ ਗੱਲ ਨਹੀਂ ਕੋਈ ਕਰਨੀ ਸਹੁਰਿਆਂ ਦੀ। ਠੀਕ ਆ, ਤੇ ਖਾ ਲਾ ਫਿਰ ਚੌਲ, ਤੇ ਫਿਰ ਜਾਂਦੇ ਹਾਂ ਗੁਰਦੁਆਰੇ ਨੂੰ ਜਾਂਦੇ ਹਾਂ। ਹਾਂਜੀ ਹਾਂ, ਖਾ ਲਾ ਪਹਿਲਾਂ, ਪਾਣੀ ਲਿਆਉਂਦੀ ਮੈਂ। ਕਵਲ ਕੀ ਕਰ ਲੱਗਾ ਤੂੰ? ਕੰਮ ਦੱਸੋ ਤੁਸੀਂ, ਕੰਮ ਕੀ ਕਰਾਉਣਾ? ਕੰਮ ਇਹ ਆ ਵੀ ਗੱਡੀ ਫੜ ਤੇ ਭੂਆ ਆਪਣੀ ਨੂੰ ਚੜਾ ਲਿਆ, ਫੋਨ ਕਰਨ ਡਈ ਆ ਉਹ। ਭੂਆ ਆਉਣ ਲੱਗੀ ਆ? ਆਹੋ। ਅਚਾਨਕ ਹੀ? ਅਚਾਨਕ ਉਹ ਕਹਿੰਦੀ ਮੈਂ 2-4 ਦਿਨ ਰਹਿਣਾ ਆਣ ਕੇ, ਪਰ ਮੇਰੇ ਕੋਲ ਬੱਸੇ ਨਹੀਂ ਆਇਆ ਜਾਂਦਾ, ਤੇ ਮੈਨੂੰ ਕਵਲ ਲੈ ਜੇ ਆਣ ਕੇ। ਕਮਾਲ ਆ, ਠੀਕ ਆ ਲੈ ਆਉਣਾ। ਚਾਬੀ ਕਿੱਥੇ ਗੱਡੀ ਦੀ? ਚਾਬੀ ਅੰਦਰ ਹੀ ਆ। ਮੈਨੂੰ ਰੁਪਈਆ ਦੋ ਹਜ਼ਾਰ। 1000 ਰੁਪਈਆ ਕਰਨਾ ਵਾ? ਉਹ ਜਿਹਦੇ 'ਤੇ ਜਾਣਾ ਵਾ ਨਾ, ਉਹਨੂੰ ਵੀ ਕਹੋ, ਉਹਦੇ ਵਿੱਚ ਵੀ ਪਾਉਣਾ ਪੈਣਾ ਵਾ। ਜੇਬ ਦੇ ਕੋਈ ਪੈਸੇ ਵੀ ਚਾਹੀਦੇ, ਕਿਤੇ ਟਾਇਰ ਟੂਰ ਵੀ ਪੈਂਚਰ ਹੋ ਜਾਂਦਾ। ਰੁਪਈਆ 2000। ਇੰਨੇ ਪੈਸੇ ਥੋੜ੍ਹਾ ਲੱਗਣੇ ਆ, 200 ਰੁਪਈਏ ਦਾ ਤੇਲ ਪਵਾ ਲਿਆ ਤਾਂ ਬਥੇਰਾ ਹੋਣਾ ਵਾ, ਅੱਗੇ ਵੀ ਤੇਲ ਵਿੱਚ ਹੈਗਾ ਵਾ। ਰਹਿਣ ਦੋ, ਫਿਰ ਮੈਂ ਖੜਦਾ ਹੀ ਨਹੀਂ। ਲੈ ਖੜਦਾ ਹੀ ਨਹੀਂ ਹੈਗਾ ਤਾਂ ਫਿਰ ਹੋਰ ਕੀ ਆ? 200 ਦੇਣ ਨਾਲੋਂ ਨਾ ਦਿਓ, ਜਿੰਨੇ ਲੱਗ ਜਾਣਗੇ ਲੱਗ ਜਾਣਗੇ, ਵਾਧੇ ਲਿਆ ਕੇ ਤੁਹਾਡੇ ਹੱਥ ਫੜਾ ਦਾਂਗਾ। ਹੈ 500 ਰੁਪਈਆ ਦੇ ਦਿੰਦੀ, ਹੋਰ ਕੀ ਆਨਾ ਵਾ। 500 ਦੇ ਦਿੰਦੀ, 200 ਦਾ ਤੇਲ ਪਵਾ ਲਈ, 300 ਜੇਬ 'ਚ ਲੈ ਜੀ। ਜਾਓ ਲਿਆਓ, ਤੇਲ ਅੱਗੇ ਵਿੱਚ ਹੈਗਾ ਵਾ। ਪੈਸੇ ਦੇ ਪੁੱਤ ਬਣ ਬਣ ਖਪ ਚੱਲੇ ਆ। ਗੱਡੀ 'ਤੇ ਚੱਲਿਆ ਮੈਂ, ਸਾਈਕਲ 'ਤੇ ਨਹੀਂ। 200 ਰੁਪਈਆ ਲੈ ਜਾਓ ਇੱਥੇ। ਸੰਦੀਪ ਨੂੰ ਵੇਖੀ ਮੇਰੇ ਵੱਲ ਵੇਖ ਕੇ ਚਾਹ ਹੀ ਚੜ੍ਹ ਜਾਣਾ ਆ। ਉਹਨੇ ਪਿਛਲੀ ਵਾਰ ਵੀ ਮੇਰਾ ਇੰਨਾ ਚਾਹ ਕੀਤਾ ਸੀ ਨਾ, ਮੈਨੂੰ ਜਾਣ ਹੀ ਨਹੀਂ ਦਿੰਦੀ ਪਿੰਡ ਨੂੰ। ਚਾਹ ਤਾਂ ਭੂਆ ਜੀ ਉਹਨੂੰ ਚੜ੍ਹ ਜਾਣਾ ਸੀ, ਪਰ ਉਹ ਘਰ ਨਹੀਂ ਹੈਗੀ, ਉਹਦੇ ਆਪਣੇ ਪੇਕੇ ਗਈ ਆ। ਕਦੋਂ ਦੀ? ਉਹਨੂੰ ਤਾਂ 3-4 ਦਿਨ ਹੋ ਗਏ ਆ ਗਈ ਨੂੰ। ਲੈ ਤੇ ਰਹਿਣਾ ਉਹਨੇ? ਆਹੋ ਭੂਆ ਜੀ ਉਹਨੂੰ ਲੱਗ ਜਾਣਾ ਵਾ ਟਾਈਮ। ਲੈ ਮੈਂ ਤਾਂ ਆਖਣ ਡਈ ਚੱਲ ਸੰਦੀਪ ਨੇ ਵੀ ਉੱਥੇ ਹੋਣਾ ਵਾ ਤੇ ਮੇਰਾ ਵੀ ਨਾਲ ਉਹਦੇ ਜੀ ਲੱਗ ਜਾਣਾ ਸੀ, ਤੇ ਚੱਲ ਨਾਲੇ ਮੈਂ 2 ਦਿਨ ਰਹਿਣਾ ਸੀ ਤੇ ਉਹਨੇ ਖੁਸ਼ ਹੋ ਜਾਣਾ ਸੀ। ਉਹ ਭੂਆ ਜੀ ਗੱਲ ਤਾਂ ਤੁਹਾਡੀ ਠੀਕ ਆ, ਪਰ ਤੁਸੀਂ ਤੇ ਸਲਾਹ ਅਚਾਨਕ ਬਣਾ ਲਈ ਨਾ, ਪਹਿਲਾਂ ਦੱਸਿਆ ਹੁੰਦਾ ਤੇ ਉਹਨੂੰ ਅਸੀਂ ਨਾ ਜਾਣ ਦਿੰਦੇ। ਕਵਲ ਮੈਂ ਅਚਾਨਕ ਕਿੱਥੇ ਸਲਾਹ ਬਣਾ ਲਈ ਆ? ਮੰਮੀ ਤੇ ਨੇ ਮੈਨੂੰ ਫੋਨ ਕੀਤਾ ਆ ਵੀ ਭੈਣ ਜੀ ਤੁਸੀਂ ਆਓ। ਮੰਮੀ ਨੇ ਫੋਨ ਕੀਤਾ ਵਾ? ਹਾਂ, ਪਰ ਮੈਨੂੰ ਤੇ ਮੰਮੀ ਨੇ ਆਖਿਆ ਸੀ ਵੀ ਤੁਸੀਂ ਉਹਨਾਂ ਨੂੰ ਫੋਨ ਕੀਤਾ ਵਾ ਕਿ ਮੇਰਾ ਜੀ ਕਰਨ ਡਿਆ ਵਾ ਇੱਥੇ ਆਉਣ ਨੂੰ, ਤੇ ਮੈਨੂੰ ਕਵਲ ਆਣ ਕੇ ਲੈ ਜੇ। ਨਹੀਂ, ਉਹਨਾਂ ਮੈਨੂੰ ਇਹੋ ਹੀ ਕਿਹਾ ਸੀ ਵੀ ਤੁਸੀਂ ਆਓ, ਤੇ ਮੈਂ ਕਿਹਾ ਵੀ ਮੇਰੇ ਕੋਲ ਤੇ ਬੱਸੇ ਆਇਆ ਨਹੀਂ ਜਾਣਾ, ਮੇਰੇ ਤਾਂ ਗੋਡੇ ਗਿੱਟੇ ਬੜੇ ਪੀੜ ਕਰਦੇ ਆ, ਤਾਂ ਕਹਿੰਦੇ ਵੀ ਮੈਂ ਕਵਲ ਨੂੰ ਘਲਾ ਦੂੰ ਗੱਡੀ ਦੇ ਕੇ। ਅੱਛਾ, ਚਲੋ ਕੋਈ ਗੱਲ ਨਹੀਂ, ਇਸੇ ਬਹਾਨੇ ਤੁਸੀਂ ਆਏ ਤਾਂ ਸਹੀ। ਨਾਲੇ ਭੂਆ ਜੀ ਇੱਕ ਹੋਰ ਖੁਸ਼ਖਬਰੀ ਆ। ਉਹ ਕਿਹੜੀ? ਤੁਸੀਂ ਭੂਆ ਦਾਦੀ ਬਣਨ ਵਾਲੇ ਜੇ। ਲੈ ਕਵਲ ਆ ਤੇ ਤੂੰ ਮੇਰਾ ਮਨ ਹੀ ਖੁਸ਼ ਕਰ ਦਿੱਤਾ ਸੀ ਮੈਨੂੰ ਇੰਨੀ ਗੱਲ ਕਹਿ ਕੇ। ਸ਼ੁਕਰ ਆ ਕਿਤੇ ਵਾਹਿਗੁਰੂ ਦਾ, ਹੈ ਕਿਤੇ ਮਹਾਰਾਜ ਨੇ ਸੁਣੀ ਆ ਕਿਤੇ। ਪਰ ਭੂਆ ਜੀ ਮੈਨੂੰ ਤੁਹਾਡੇ ਨਾਲ ਨਾ ਇੱਕ ਸ਼ਿਕਾਇਤ ਆ। ਉਹ ਕਿਹੜੀ ਸ਼ਿਕਾਇਤ ਆ? ਇਹੋ ਹੀ ਵੀ ਜਿੰਨੇ ਜਿੰਨੇ ਚਿਰ ਬਾਅਦ ਤੁਸੀਂ ਆਉਂਦੇ ਜੇ ਨਾ, ਜਦੋਂ ਤੁਸੀਂ ਅਗਲੀ ਵਾਰ ਨੂੰ ਆਉਣਾ ਉਦੋਂ ਨੂੰ ਤੇ ਜਵਾਕ ਨੇ ਉਦਾਂ ਹੀ ਭੱਜਣ ਦੌੜਨ ਲੱਗ ਪੈਣਾ। ਨਹੀਂ ਕਵਲ,
हूं नहीं मैं इदा करना हूं मेरा ध्यान रहना वा हूं मैं छेती आ जाना तू वेखी सही अपने पोते भी तो जी लगा हों चलो कोई गल नहीं पोता हूं सियाना हो गया वह तो खेड खेडता मलदा अपनी दौड़ा फिरता वा मेनू चा ही बड़ा हो गया सुन के आपे जी करना छेती जावा चाह हो गया कि चाह चढ़ गया चाह चढ़ गया हो गया चाह इतनी गल होती है चलो महाराज कितने जी दवे धी दवे पुत दवे है ना रौनक तो घर च लगूगी ना और की जिया नाल ही तो रौनक होंदिया आ गल ते जरूर विच कोई ना कोई हैगी आ मम्मी कोई ना कोई चाल खेडन डई आ जो मर्जी हो जाए ये नहीं बाज आ सकती कदी भी जे हुण मैं आ गल भूआ नूं दसी भूआ विचारी दा दिल टुट जाणा वा वो किन्नी खुश वा उत्थे जाण वास्ते चल वेखी जाऊ फिर जो हो हाय हाय किड्डी सोहणी नींद आई आण के हारन मारन लै पिया वा चल आपे खोल लेगा मेरे को नहीं उठिया जांदा मैं सौण लग ਭੂਆ ਜੀ ਤੁਸੀਂ ਬੈਠੋ ਮੈਂ ਮੰਮੀ ਨੂੰ ਆਵਾਜ਼ ਮਾਰ ਕੇ ਲਿਆਉਂਦਾ ਮੰਮੀ ਜੀ ਮੰਮੀ ਮੈਂ ਉੱਥੇ ਕਦੋਂ ਦੇ ਹਾਰਨ ਦੇ ਹਾਰਨ ਮਾਰੀ ਜਾਣ ਡਿਆ ਵਾਂ ਤਾਂ ਤੁਸੀਂ ਇੱਥੇ ਮਜ਼ੇ ਨਾਲ ਘੋੜੇ ਵੇਚ ਕੇ ਸੁੱਤੇ ਜੇ 10 ਹਾਰਨ ਮਾਰੀ ਜਾਣ ਡਿਆ ਤੇ ਤੂੰ ਕਿਹੜਾ ਸੀਟ ਦੇ ਨਾਲ ਵੱਜਾਂ ਤੇ ਬਾਹਰ ਨਿਕਲ ਕੇ ਘੜੀ ਭੂਆ ਗੇਟ ਖੋਲ ਲੈਂਦਾ ਕਿੱਡੀ ਸੋਹਣੀ ਮੈਂ ਖੋਲਿਆ ਗੇਟ ਹੋਰ ਤੁਸੀਂ ਤੇ ਖੋਲ ਨਹੀਂ ਦਿੱਤਾ ਕਾਹਤੋਂ ਐਵੇਂ ਤੱਪੇ ਪੈਣ ਡਿਆ ਜੀ ਅੱਗੋਂ ਕਿੱਡੀ ਸੋਹਣੀ ਮੈਨੂੰ ਨੀਂਦ ਆਈ ਬਾਹਰ ਮੀਂਹ ਵਣ ਡਿਆ ਨਿੱਘ ਲੱਗਾ ਸੀ ਮਜ਼ੇ ਨਾਲ ਮੈਂ ਸੁੱਤੀ ਹਾਂ ਬਾਹਰ ਮੀਂਹ ਵਰ ਕੇ ਤੁਹਾਨੂੰ ਗੁੱਡ ਗੁੱਡ ਧੁੱਪ ਵੀ ਲੱਗ ਗਈ ਨਾਲ ਜਿੰਨੀ ਗੂੜੀ ਨੀਂਦ ਸੁੱਤੇ ਜੇ ਨਾ ਬਾਹਰੋਂ ਜਿੱਦਾਂ ਮਰਜ਼ੀ ਕੋਈ ਚੋਰੀ ਕਰਕੇ ਲੈ ਜੇ ਤੁਹਾਨੂੰ ਜਹਾਰ ਨਹੀਂ ਸੁਣੇ ਛੋਟੀ ਮੋਟੀ ਆਵਾਜ਼ ਤੁਹਾਨੂੰ ਕਿੱਥੇ ਸੁਣਨੀ ਹੈ ਕਿਤੇ ਨਹੀਂ ਕੋਈ ਲੁੱਟ ਕੇ ਲੈ ਚੱਲਿਆ ਲੈ ਨਹੀਂ ਚੱਲਿਆ ਮੁੜ ਕੋਚ ਵੀ ਆਖ ਦੇਣਾ ਵਾ ਵੀ ਤੂੰ ਵੀ ਕੋਨਾ ਕੋ ਕਰ ਦਿੱਤਾ ਹੁਣ ਨਾਲੇ ਉੱਠੇ ਉੱਠੋ ਉਹ ਭੂਆ ਜੀ ਆ ਗਏ ਆਓ ਬਾਹਰ ਬੈਠੇ ਜੇ ਜਾ ਭੂਆ ਆਪਣੀ ਨਾਲ ਇੱਥੇ ਆ ਜੇ ਹੱਦ ਹੋ ਗਈ ਆ ਮੰਮੀ ਇਹ ਵੀ ਕਹਿ ਦੇਣਾ ਭੂਆ ਜੀ ਨੂੰ ਕਿ ਭੂਆ ਜੀ ਤੁਸੀਂ ਚਾਹ ਪਾਣੀ ਬਣਾ ਲਓ ਚੱਲ ਕੋਈ ਨਹੀਂ ਇੱਥੇ ਆ ਸਾਦ ਤੂੰ ਆਜ ਤੇ ਮਾਰਾ ਆ ਜਾਣਾ ਵਾ ਨਾ ਤੂੰ ਅਸ ਜਿੱਲੇ ਚ ਵੜੇ ਰਹਿਣਾ ਆਪ ਅਗਲੇ ਉੱਥੋਂ ਤੱਕ ਆ ਗਿਆ ਤੇ ਉਠੋ ਨਾਲੇ ਤੇ ਤੁਹਾਡਾ ਨਾਲ ਹੋਰ ਵੀ ਗੱਲ ਕਰਨੀ ਆ ਕਮਾਲ ਹੀ ਹੋਈ ਪਈ ਆ ਕੀ ਕਮਾਲ ਹੋਈ ਆ ਸੌ ਨਹੀਂ ਸਕਦਾ ਬੰਦਾ ਘੜੀ ਇਹ ਕਿਤੇ ਠੰਡ ਲੱਗਣ ਡਿਆ ਪਈ ਕੰਬਲ ਚੋਂ ਨਿਕਲ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ठंड ही लगन डे पी ਲਿਆ ਦੇ ਕੰਬਲ ਭੂਆ ਤੇਰੀ ਵੀ ਲੈ ਲੇਗੀ ਕੀ ਹੋ ਗਿਆ ਵਾ ਭੂਆ ਜੀ ਲੋੜ ਆ ਕੰਬਲ ਦੀ ਚੱਲ ਲੈ ਆਇਆ ਫਿਰ ਬਹਿ ਹੀ ਜਾਂਦੇ ਘੜੀ ਕ ਕੰਬਲ ਜੀ ਹਾਂ ਤਾਂ ਕਰ ਲੋ ਲੱਤਾ ਹੈਗੀ ਤੇ ਉਹਨਾਂ ਠੰਡੀ ਅੱਜ ਮੀਂਹ ਪੈਣ ਡਿਆ ਨਿਕਾ ਨਿਕਾ ਮੀਂਹ ਨੇ ਅਤਕਾ ਛੜੀ ਅੱਜ ਤੇ ਤਾਈਆਂ ਅੰਦਰ ਪੈ ਗਈਆਂ ਮੈਂ ਕੇ ਚਲੋ ਵਧੀਆ ਹੋਰ ਠੀਕ ਠਾਕ ਬਸ ਇਹ ਤਾਂ ਹਾਂ ਠੀਕ ਠਾਕ ਆ ਤੁਸੀਂ ਸੁਣਾਓ ਅਸੀਂ ਵੀ ਠੀਕ ਵਾ ਕੀ ਹਾਲ ਹੈ ਨੌ ਰਾਣੀ ਦਾ ਪੋਤੇ ਦਾ ਨੌ ਠੀਕ ਆ ਪੋਤਾ ਵੀ ਠੀਕ ਆ ਜਾ ਮੇਰਾ ਪੁੱਤ ਹੁਣ ਚਾਹ ਬਣਾ ਕੇ ਲਿਆ ਪਾਣੀ ਤਾਂ ਨਹੀਂ ਪੀਣਾ ਨਹੀਂ ਪਾਣੀ ਨਹੀਂ ਗਾ ਪੀਣਾ ਚਾਹ ਰਹਿਣ ਦੇਣੀ ਫਿਰ ਕੀ ਹੈ ਠਹਿਰ ਕੇ ਘੜੀ ਪੀ ਲੈਂਦੇ ਚੱਲ ਕੋਈ ਨਹੀਂ ਫਿਰ ਮੈਂ ਆਈ ਬਣਾ ਲਾਂਗੀ ਉੱਠ ਕੇ ਫਿਰ ਦੋ ਚੱਲ ਕੋਈ ਨਹੀਂ ਮੈਂ ਆਈ ਬਣਾ ਲੈਣੀ ਆ ਉਹਨੂੰ ਮੁੰਡੇ ਵਿਚਾਰੇ ਨੂੰ ਐਵੇਂ ਕਹਿ ਤਾ ਚਾਹ ਵੱਲੋਂ ਚੱਲ ਕੋਈ ਨਹੀਂ ਉਹਨੇ ਬੜੀ ਛੇਤੀ ਬਣਾ ਕੇ ਲਿਆ ਦੇਣੀ ਅੱਗੇ
चलो बनाऊंगा एक हूँ जेड़ा गया बेचारा रसोई च। चलो भाभी आ तुम चंगा किया जब तुम मैनू फोन किया भी आ जा चल दिहाड़ी रह लैनी नाले दिहाड़ी कितने पैना तेनू रहना पैना अठ दस दिन नहीं भाभी जी मेरी गल सुनो इन्ने दिन नहीं जे मेरे को रहा जाना मैं तो वो वो नहीं तो तीन दिन रह सकती हाँ तुम्हें भी पता निका जहा न्याणा आ घर जिन्ना चेर उन्हू ना फड़ा तो उन्होंने कर नहीं कुछ भी देता बहुटी है भैना जी है गल करनी ही तो आँदी ना उत्थे किन्ना काम आ कली जानी हैगी तो नाल जाना मासा के जन तो कम संभाल लेना उन्हें तो मेरे को तो अठ दस दिन रह मेरा ना सवार तो तेन मैं फोन करने का की फायदा है भाभी जी तुम मैं ये दसो भी संदीप ने किन्ने दिन रहना आ उन्होंने ही पता होगा किन्ने दिन रहना उन्हें किन्ने दिन नहीं रहना। भूआ जी मैं ये दसो भी मिठा पत्ती जो तेज रखना वा कि ठीक ठाक जहा कवल तू बह इतने तो मैं कोई गल नहीं बना लिया आपे अपनी मनपसंद की चाह बह जा मैं बना दिना भूआ जी क्यों नहीं नहीं कोई गल नहीं मैं बना लीनी बह तो कोई नहीं गल मारनिया वा के मैं आप ही बना देनी ही ठंड बड़ी लगन दी जाई चो निकला वा तो फिर तो बाद मेरे को हेली जानी है मैं चल ठीक है पुत यह कुछ तो मैं चाहती ही वधिया होया चाह बनाए कि मजे ना कंबल च दऊगी ना हूं होर घुट ला मना कंबल भैन जी बड़ी स्वाद चाह मजा ही आ गया चाह पी के लै घर तो भाभी मैं कभी चाह बनाई नहीं थे आया डे सके मैं बना ली अखा खुल गई एक बार चलो वधिया फिर तुहानू चाह स्वाद लगी है भाभी जी मैनू कवल दसदा भी साढ़े घर तो खुशी आने वाली आ तो चलो शुक्र है वाहेगुरु का मैनू तो बड़ी खुशी हुई है चलो वाहेगुरु धी दवे पुत दवे खुशी के नाल नाल ना मैनू दुखी भी बड़ा ही इन्होंने किया वा क्यों केड़ी गलो होर चंगी भली इतने रेस्ट कर दी चंगा भला काम कर दी हैगी तो उठ के पेके दौड़ उठी आ तो दुखी है होर फिर की आ नहीं तो इतने की ओनू आराम ना अपने घर बहिंदी काम धंधा तु कर लेना ही माड़ा मोटा कि चल चौबी नाल हाथों तो बटा दिया कर दी फिर की फिटी गई है कि एक पास इन्होंने बहर के कागज ला लिया एक पास जवाब होने वाला होर 66 महीनों का बहर का काम बन गया तो मेरे वास्ते तो फाह पा देना जवाक का हाँ भरजाई वाहेगुरु वाहेगुरु कहो आता कि जी किता इन्नी गल कह किते लोग ते तरसदे फिरदे न्याणियां नूं किते दादियां दोदे ते किते मूँह चुक चुक वेंदे रहिंदे आ वी कदों रब साडे घर कोई धी दवे कोई पुत दवे ते अहीं खड़ाईए ते चुकीए तुसीं आह गल किदां कहती आ वी मेरे जोगा फाह वा इदां थोड़ी कहीदा वा महां ते किते रब धीआं पुत देण डिआ आ अज कल ते एक एक दो दे ते जवाक न्याणे रखण डए आ ते तुसीं किदां इहो जी गल कहती आ वी मैं मेरे को सांभिआ नहीं जाणा इदां दीआं गल्लां नहीं करी दीआं साडे घर निगा जिहा वा ना कितने पता नहीं मैनू लगता दिन कितने लंघ जाता कि सारा दिन मैं कि थकती नहीं गई मगर मगर फिर पता कि चा हों पोतिया पोतिया का ना भैन जी मेरे को नहीं यह झमेलिया च पिया जाता हाय हाय ताडा किदां दा हिसाब किताब है भाभी इन्नी गल तो आखन कि जी नहीं गा करता तु कि इन्नी गल कह दें जे हूँ इन्ह दो जिया ने जाना वा तो कल मैं कल सामना पैना वा ताडे दे नाल नौ भी आ तुही आ संभाल लेंदे वो तो कला ही गया ना बाहर तो फिर की आ कल्याण सामभन की आ न्याणे का किन्ना कि भार आ जाता न्याणा सामभदा वो तो कि चा ना ही सामभ लीदा आ कि भैणा हूँ मैं आप खुद सामभण वाली हाँ कि मैं न्याणा संभालना वा हूँ मुंडा मैनू संभालूगा इतने रहेगा तो मैनू संभालूगा ना तो उन्हें रहा खुदा मेरे को जवाक दे जाना वा तो आप दोवे जने उड जाना वा चल कोई नहीं जो ओरी किस्मत चा वेखो जो महाराज करे पहला अपने पाल के व्डे किते तो हूँ गां नौ पालीए
ਸਾਰੀ ਉਮਰ ਤੇ ਮੇਰੀ ਫਿਰ ਇਦਾਂ ਹੀ ਲੰਘ ਜਾਊਗੀ। ਉਹ ਕੋਈ ਨਹੀਂ, ਸਰਫੇ ਦੇ ਤਾਂ ਨਿਆਣੇ ਹੁੰਦੇ ਆ। ਤੁਸੀਂ ਮੈਨੂੰ ਇਹ ਦੱਸੋ ਵੀ ਸੰਦੀਪ ਦਾ ਜਨੇਪਾ ਉੱਥੇ ਹੀ ਹੋਣਾ ਆ? ਮੈਨੂੰ ਨਹੀਂ ਪਤਾ ਹੈਗਾ, ਇਹਨਾਂ ਨੂੰ ਪਤਾ ਹੋਊਗਾ ਵੀ ਉੱਥੇ ਕਰਨਾ ਕਿ ਜਾਂ ਇੱਥੇ ਲਿਆਉਣਾ ਆ। ਕਵਲ ਨੂੰ ਪੁੱਛਿਓ ਨਾ, ਸਗੋਂ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ। ਤੁਸੀਂ ਪੁੱਛਿਓ ਆਪਣੀ ਵੱਲੋਂ ਵੀ ਉੱਥੇ ਰਹਿਣੀ ਹੈ ਸੰਦੀਪ ਅਤੇ ਇੱਥੇ ਆਉਣੀ ਹੈ। ਹਾਏ ਹਾਏ ਭਾਬੀ, ਤੁਹਾਡੀ ਨੂੰਹ ਵਾਂ, ਤੁਹਾਨੂੰ ਪਤਾ ਹੀ ਨਹੀਂਗਾ ਕਿਸ ਗੱਲ ਦਾ? ਮੈਨੂੰ ਨਹੀਂ ਪੁੱਛ ਗਿੱਛ ਕੇ ਗਈ ਹੈਗੀ, ਆਪਣੀ ਮਰਜ਼ੀ ਨਾਲ ਚੱਲ ਗਈ ਆ ਅਤੇ ਮੈਂ ਜਾਂਦੀ ਹਾਂ ਅਤੇ ਜਾ। ਐਡੀ ਲੰਮੀ ਇਹਦੀ ਜ਼ਬਾਨ ਆ, ਇਹਨੂੰ ਬੋਲਣ ਲੱਗਿਆ ਤਾਂ ਕਿਤੇ ਵਹਿੰਦੀ ਨਹੀਂ। ਤੁਹਾਡੀ ਨੂੰਹ ਵਰਗੀ ਥੋੜ੍ਹਾ ਹੈ, ਇਹਦੀ ਚਬੜ ਚਬੜ ਬੋਲੀ ਜਾਂਦੀ ਆ। ਫਿਰ ਕੋਈ ਸੁਰ ਸਲਾਹ ਹੀ ਹੈ ਨਹੀਂ ਗੀ ਗਾ ਕਿਸੇ ਵੀ ਗੱਲ ਦੀ? ਕੋਈ ਵੀ ਨਹੀਂ ਗੀ। ਦੱਸ, ਅਸੀਂ ਤਾਂ ਕਿਤੇ ਆਪਣੇ ਵੱਡਿਆਂ ਦੇ ਗਏ ਅਤੇ ਬੋਲਦੇ ਨਹੀਂ ਹੁੰਦੇ, ਇਹ ਤਾਂ ਕਹਿ ਰਿਹਾ ਬੋਲਦੀ ਆ। ਜ਼ਬਾਨ ਹੀ ਬੜੀ ਚਲਾਉਣ ਡੈ ਪਈ, ਚੰਗੀ ਭਲੀ ਹੁੰਦੀ ਸੀਗੀ। ਇੰਨੀ ਜ਼ਬਾਨ ਇਹਦੀ ਚੱਲਣ ਡੈ ਪਈ, ਪੁੱਛਣਾ ਫਿਰ ਕੀ ਆ? ਕਵਲ ਨੂੰ ਪੁੱਛੋ। ਨਹੀਂ, ਮੈਂ ਕਵਲ ਨੂੰ ਪੁੱਛ ਲਾਂਗੀ, ਕਿਤੇ ਕੋਈ ਗੁੱਸਾ ਤਾਂ ਨਾ ਕਰ ਦੂਗਾ ਵੀ ਭੂਆ ਕਿਉਂ ਮੈਨੂੰ ਇੱਦਾਂ ਪੁੱਛਦੀ? ਨਹੀਂ ਨਹੀਂ, ਆਪਣੇ ਤੌਰ 'ਤੇ ਪੁੱਛ ਲਿਓ ਤਾਂ ਕਿ ਉਹਨੇ ਕੀ ਗੁੱਸਾ ਕਰਨਾ। ਚੱਲ ਕੋਈ ਨਹੀਂ, ਇੱਦਾਂ ਬੈਠਾ ਖਲੋਤਾ ਹੋਊਗਾ ਨਾ ਅਤੇ ਗੱਲਾਂ ਬਾਤਾਂ ਕਰਦੇ ਹੋਵਾਂਗੇ ਤਾਂ ਪੁੱਛ ਲਾਂਗੀ ਵੀ ਉਹਨੇ ਕਦੋਂ ਆਉਣਾ ਵਾ, ਕਿੰਨਾ ਕੁ ਚਿਰ ਰਹਿਣਾ ਆ। ਜਿਹੜੇ ਹਿਸਾਬ ਨਾਲ ਭਾਬੀ ਤੁਸੀਂ ਮੈਨੂੰ ਗੱਲਾਂ ਦੱਸਣ ਡਏ ਹੋ ਨਾ, ਉਹਦਾ ਮੈਨੂੰ ਲੱਗਦਾ ਨਹੀਂ ਵੀ ਉਹ ਇੱਦਾਂ ਦੀ ਹੈ ਕੀ ਆ। ਨਹੀਂ ਜਾਣਦੇ, ਤੂੰ ਬਥੇਰੀ ਤੇਜ਼ ਆ, ਮੂੰਹ ਤੋਂ ਲੱਗਦੀ ਭੋਲੀ ਜੀ ਅਤੇ ਉੱਦਾਂ ਬਥੇਰੀ ਤੇਜ਼ ਆ। ਚਲੋ, ਉਹ ਤਾਂ ਹੁਣ ਤੁਹਾਡੇ ਘਰ ਦੀਆਂ ਗੱਲਾਂ, ਤੁਹਾਨੂੰ ਹੀ ਪਤਾ ਹੋਊਗਾ ਵੀ ਕੀ ਉਹਦਾ ਹਿਸਾਬ ਕਿਤਾਬ ਹੈ ਅਤੇ ਕੀ ਨਹੀਂ। ਦੂਜੇ ਬੰਦੇ ਨੂੰ ਤਾਂ ਹਰ ਕੋਈ ਚੰਗਾ ਹੀ ਲੱਗਦਾ ਆ। ਇਹ ਤਾਂ ਗੱਲ ਹੈ। ਹਾਏ, ਲਾਕੀ ਬੜਾ ਭੀੜ ਕਰਨ ਡਿਆ, ਬਹਿ ਬਹਿ ਕੇ ਨਾ ਸਗੋਂ ਭੀੜ ਹੋਣ ਡੈ ਪਈ ਆ। ਚੱਲ ਕੋਈ ਨਹੀਂ, ਤੁਸੀਂ ਬਹੋ, ਮੈਂ ਸਬਜ਼ੀ ਸੁਬਜ਼ੀ ਬਣਾਵਾਂ ਮਸਾਂ। ਇੱਦਾਂ ਕਰੋ, ਤੁਸੀਂ ਪਵੋ ਲੰਮੇ ਅਤੇ ਦਾਲ ਸਬਜ਼ੀ ਮੈਂ ਬਣਾ ਲੈਂਦੀ ਹਾਂ, ਮੈਨੂੰ ਦੱਸ ਦਿਉ ਜਿਹੜੀ ਚੀਜ਼ ਬਣਾਉਣੀ ਆ। ਮੈਨੂੰ ਕਿਹੜਾ ਰਾਜਿੰਦਰ ਘਰ ਕੰਮ ਕੇ ਨੂੰ ਹੱਥ ਲਾਉਣ ਦਿੰਦੀ ਆ, ਮੈਂ ਉੱਥੇ ਵਿਹਲੀ ਰਹਿੰਦੀ ਹਾਂ, ਨਾਲੇ ਮੈਂ ਵੀ ਮਾਸਾ ਕਿਤੇ ਚੱਲ ਚੌਂਕੇ 'ਚ ਕੋਈ ਕੰਮ ਧੰਦਾ ਕਰ ਲੈਂਦੀ ਹਾਂ। ਕੀ ਹੁਣ ਤੁਸੀਂ ਪਹਿਲੇ ਦਿਨ ਆਣ ਕੇ ਆਖੋਗੇ ਵੀ ਮੈਨੂੰ ਕੰਮ ਡਾ ਤਾ? ਉਹ ਨਹੀਂ, ਲੈ ਦੱਸ, ਪਹਿਲਾ ਦਿਨ ਕਾਹਦਾ ਵਾ ਉੱਥੇ? ਕੋਈ ਗੱਲ ਨਹੀਂ, ਮੈਨੂੰ ਨਹੀਂ ਗਾ ਇੰਨਾ ਹੈਗਾ, ਮੈਂ ਮਿੰਟੋ ਮਿੰਟ ਹੀ ਕੰਮ ਕਰ ਲੈਣਾ ਵਾ। ਚੱਲ ਫਿਰ ਵੇਖ ਲਓ, ਮਟਰ ਬਣਾ ਲਓ ਭਾਵੇਂ ਗਾਜਰਾਂ ਬਣਾ ਲਓ, ਦੋਵੇਂ ਸਬਜ਼ੀਆਂ ਹੈਗੀਆਂ ਨੇ। ਚੱਲ ਠੀਕ ਆ, ਮੈਂ ਫਿਰ ਕਰਦੀ ਹਾਂ। ਹੈ ਹਾਏ।